ਬੜੀ ਹੀ ਇਹਨਾਂ ਨੇ ਫਰੋਤੀਆਂ ਵਾਲਾ ਇੰਡੀਆ ਜਿਹੜਾ ਚਲਾਇਆ ਹੋਇਆ ਸੀ ਤਰਨ ਤਾਰਨ, ਸੋ ਤੁਸੀਂ ਉਹਨਾਂ ਦਾ ਗੈਂਗ ਜਿਹੜਾ ਬਸ਼ ਕੀਤਾ, ਕੀ ਕਹਿਣਾ ਚਾਹੁੰਦੇ? ਇਹਦੇ 'ਚ ਜੀ ਜਿਹੜਾ ਮੇਨ ਇਹਨਾਂ ਦਾ ਸੀਗਾ ਗੋਪੀ ਲੰਬੜਦਾਰ ਸੀਗਾ, ਜਿਹੜਾ ਪਹਿਲੇ ਜਿਹੜਾ 2022 ਦੇ ਵਿੱਚ 21 'ਚ ਸਰਹਾਲੀ ਪੁਲਿਸ ਸਟੇਸ਼ਨ 'ਤੇ ਉਹ ਅਟੈਕ ਹੋਇਆ ਸੀਗਾ, RPG ਉਹਦੇ 'ਚ ਇਨਵੋਲਵਡ ਸੀ, ਔਰ ਉਦੋਂ ਜੁਵੇਨਾਈਲ ਕਰਕੇ ਇਹਦੀ ਜ਼ਮਾਨਤ ਛੇਤੀ ਹੋ ਗਈ ਸੀ। ਉਸ ਤੋਂ ਬਾਅਦ ਆ ਕੇ ਇਹ ਆਪਣਾ ਮਾੜੇ ਕੰਮਾਂ ਤੋਂ ਕਦੇ ਵੀ ਪਿੱਛੇ ਨਹੀਂ ਹਟਿਆ, ਔਰ ਜਿਹੜਾ ਸਭ ਤੋਂ ਲੇਟੈਸਟ ਇਹਨੇ ਕੀਤਾ ਸੀ 28 ਤਰੀਕ ਨੂੰ, ਆਪਣੇ ਹੀ ਪਿੰਡ ਦੇ ਦੋ ਭਰਾ ਹੈਗੇ, ਉਹ ਕੱਪੜੇ ਦਾ ਕੰਮ ਕਰਦੇ ਆ, ਵਪਾਰੀ ਹੈ, ਉਹਨਾਂ ਤੋਂ ਫਰੌਤੀ ਮੰਗੀ ਸੀਗੀ 10 ਲੱਖ ਰੁਪਏ ਦੀ, ਔਰ ਉਹਨਾਂ ਵੱਲੋਂ ਨਾ ਦੇਣ 'ਤੇ ਉਹਨਾਂ ਦੀ ਦੁਕਾਨ ਦੇ ਬਾਹਰ ਜਿਹੜੀ ਆ ਫਾਇਰਿੰਗ ਕਰਕੇ ਇਹ 3 ਜਣੇ ਭੱਜੇ ਸੀਗੇ। ਉਦੋਂ ਤੋਂ ਹੀ ਅਸੀਂ ਇਹਨਾਂ ਦੇ ਮਗਰ ਚੜ੍ਹੇ ਹੋਏ ਸੀਗੇ, ਅਤੇ ਕੱਲ੍ਹ ਸਾਨੂੰ ਪਰਸੋਂ ਇਹਦੀ ਜਿਹੜੀ ਹੈ ਕਾਮਯਾਬੀ ਮਿਲੀ, ਔਰ ਇਹਨਾਂ ਨੂੰ ਅਸੀਂ ਇੰਟਰਸੈਪਟ ਕੀਤਾ। ਇੰਟਰਸੈਪਟ ਕਰਕੇ 3 ਜਣੇ, ਤਿੰਨਾਂ ਕੋਲ 3 ਪਿਸਟਲ, 1 ਕਾਰ ਅਤੇ 1.25 ਕਿਲੋ ਦੇ ਕਰੀਬ ਹੀਰੋਇਨ ਰੱਖੀ ਬੈਠੇ ਸੀ, ਔਰ ਇਸ ਤੋਂ ਇਲਾਵਾ ਇਹਨਾਂ ਨੇ ਕਾਫੀ ਲੋਕਾਂ ਨੂੰ ਇੱਥੇ ਜਿਹੜਾ ਏਰੀਏ 'ਚ ਆਪਣਾ ਥਰੈਟ ਵਗੈਰਾ ਕਰਕੇ ਤਾਂ ਪੈਸੇ ਉਗਰਾ ਰਹੇ ਸੀਗੇ। ਉਹ ਹੁਣ ਇਨਵੈਸਟੀਗੇਟ ਕਰਾਂਗੇ, ਜਦੋਂ ਇਹਨਾਂ ਨੂੰ ਪੁੱਛਗਿੱਛ ਕਰਾਂਗੇ ਤਾਂ ਮਜ਼ੀਦ ਪੁੱਛਗਿੱਛ 'ਚ ਕਾਫੀ ਕੁਛ ਇਹ ਇਹਨਾਂ ਤੋਂ ਸਾਨੂੰ ਅੱਗੇ ਮਿਲਣ ਦੀ ਉਮੀਦ ਹੈ। ਔਰ ਇਹ ਲਗਾਤਾਰ ਜਿਹੜੇ ਆ ਆਪਣੇ ਬਾਹਰ ਜੱਸਲ ਹੋ ਗਿਆ ਪਿੰਡ ਦਾ, ਦੂਜਾ ਲੰਡਾ ਹੋ ਗਿਆ, ਉਹਨਾਂ ਨਾਲ ਤਕਰੀਬਨ ਕੰਟੈਕਟ 'ਚ ਸੀਗੇ, ਔਰ ਜਿਹੜੀ ਫੰਡਿੰਗ ਵਗੈਰਾ ਵੀ ਸੀਗੀ ਉਹਨਾਂ ਦੇ ਕਹਿਣ 'ਤੇ ਇੱਥੋਂ ਪੈਸੇ ਵਗੈਰਾ ਵੀ ਚੱਕਦੇ ਸੀ ਜਿੱਥੋਂ ਜਿਹੜਿਆਂ ਨੂੰ ਉਹ ਥਰੈਟ ਕਰਦੇ ਸੀ, ਔਰ ਇਹ ਸਾਰਾ ਭਾਰਤ ਵਿਰੋਧੀ ਗਤੀਵਿਧੀਆਂ ਜਾਂ ਟੈਰਰ ਫੰਡਿੰਗ ਕਹਿ ਲਓ ਇਹਨੂੰ, ਉਸ 'ਚ ਸਾਰੇ ਯੂਜ਼ ਹੋਣੇ ਸੀ। ਔਰ ਇਹਨੇ ਆਪਣਾ ਹੁਣ ਆਪਣਾ ਵੀ ਮਡਿਊਲ ਇਹ ਆ ਕੇ ਤਿਆਰ ਕਰ ਲਿਆ ਸੀਗਾ, ਜਿਹਦੇ 'ਚ ਸ਼ਮਸ਼ੇਰ ਸ਼ੇਰਾ ਅਤੇ ਮੋਹਪ੍ਰੀਤ ਏਲੀਅਸ ਮੋਹ ਉਹ ਉੱਦਨ ਨਾਲ ਹੀ ਸੀਗੇ ਅਤੇ ਫਾਇਰਿੰਗ ਕਰਨ 'ਚ, ਅਤੇ ਇਹ ਤਿੰਨੋਂ ਜਿਹੜੇ ਆ ਅੱਗੇ ਚੱਲ ਕੇ ਕਾਫੀ ਜਿਹੜਾ ਸਿਰਦਰਦ ਬਣ ਸਕਦੇ ਸੀ ਜੋ ਇਹ ਮੌਕੇ 'ਤੇ ਕਾਬੂ। ਅਸਲ 'ਚ ਗੱਲ ਕੀਤੀ ਜਾਵੇ ਤਾਂ ਕਿਸ ਤਰੀਕੇ ਨਾਲ ਇਹਨਾਂ ਨੂੰ ਫੜਿਆ ਗਿਆ, ਕਿਉਂਕਿ ਲਗਾਤਾਰ ਤੁਹਾਡੀਆਂ ਟੀਮਾਂ ਵੀ ਜਿਹੜੀਆਂ ਸੀ ਇਹਨਾਂ ਦੇ ਪਿੱਛੇ ਲੱਗੀਆਂ ਹੋਈਆਂ ਸੀ, ਔਰ ਕਿਸ ਤਰੀਕੇ ਨਾਲ ਕਾਬੂ ਆਏ ਨੇ ਦੱਸਿਆ ਜਾ ਰਿਹਾ ਕਿ ਪਿਸਟਲ ਵੀ ਇਹਨਾਂ ਦੇ ਕੋਲ ਮਤਲਬ ਨੌਕਰੀ ਰੱਖੇ ਹੋਏ ਸੀ ਇਹਨਾਂ ਨੇ? ਤਕਰੀਬਨ ਇਹ ਜਿੰਨੇ ਵੀ ਹੈ ਜੀ, ਪਹਿਲੇ ਵੀ ਦੇਖਣ 'ਚ ਆਇਆ ਇਹ ਜਿੰਨੇ ਵੀ ਗੈਂਗਸਟਰ ਜਾਂ ਇਹ ਹੈਗੇ ਆ, ਇਹ ਸਾਰੇ ਆਪਣੀ ਪਿਸਟਲ ਜਿਹੜੀ ਆ ਬਸਟ 'ਤੇ ਲਾ ਕੇ ਅਤੇ ਕੌਕ ਕਰਕੇ ਰੱਖਦੇ ਆ ਵੀ ਮੌਕਾ ਤਾਂਹੀਓ ਤਕਰੀਬਨ ਸਾਡਾ ਪੁਲਿਸ ਦਾ ਕਈ ਵਾਰੀ ਨੁਕਸਾਨ ਹੋ ਜਾਂਦਾ। ਅਤੇ ਉਸ ਦਿਨ ਜਿਹੜੀ CIA ਕੋਲ ਇਨਫੋਰਮੇਸ਼ਨ ਸੀਗੀ ਕਿ ਅੰਮ੍ਰਿਤਸਰ ਸਾਈਡ ਤੋਂ ਆਪਣੇ ਪਿੰਡ ਵੱਲ ਨੂੰ ਨਸ਼ਹਿਰੇ ਜਾਂ ਸਰਹਾਲੀ ਵੱਲ ਨੂੰ ਆ ਰਹੇ ਆ, ਅਤੇ ਇਹਨਾਂ ਨੇ ਟੀਮ ਨੇ ਜਿਹੜੀ ਆ ਆਲਰੇਡੀ 2 ਟੀਮਾਂ ਸਾਡੀਆਂ ਰੋਡ ਦੇ ਉੱਤੇ ਹੀ ਸੀਗੀਆਂ, ਔਰ ਜਦੋਂ ਇਹਨਾਂ ਦੀ ਗੱਡੀ ਉੱਥੇ ਨਸ਼ਹਿਰੇ ਟੀ ਪੁਆਇੰਟ ਦੇ ਉੱਤੇ ਨਜ਼ਰ ਆਉਂਦੀ ਹੈ ਤਾਂ ਉਦੋਂ ਹੀ ਇਮੀਡੀਏਟਲੀ ਇਹ ਭੱਜਣ ਦੀ ਕੋਸ਼ਿਸ਼ ਕਰਦੇ, ਬਟ ਗੱਡੀ ਜਿਹੜੀ CIA ਵਾਲੇ ਸੀ ਉਹਨਾਂ ਨੇ ਗੱਡੀ ਦੇ ਵਿੱਚ ਗੱਡੀ ਮਾਰ ਕੇ ਇਹਨਾਂ ਨੂੰ ਸੰਭਲਣ ਦਾ ਮੌਕਾ ਨਹੀਂ ਦਿੱਤਾ, ਔਰ ਫਟਾਫਟ ਇਹਨਾਂ ਨੂੰ ਕਾਬੂ ਕਰ ਲਿਆ, ਔਰ ਇਹ ਕੋਈ ਐਕਸ਼ਨ ਨਹੀਂ ਕਰ ਸਕੇ, ਤਾਂ 3 ਇਹਨਾਂ ਕੋਲੋਂ ਪਿਸਟਲ ਵੀ ਨਾਲ ਦੀ ਨਾਲ ਫੜ ਲਏ ਇਹਨਾਂ ਨੇ। ਬਿਲਕੁਲ, ਥੈਂਕ ਯੂ ਸਰ ਤਰਨ ਤਾਰਨ ਦੇ SSP, ਔਰ ਕਹਿ ਸਕਦੇ ਕਿ ਵੱਡੀ ਕਾਮਯਾਬੀ ਜਿਹੜੀ ਆ ਤਰਨ ਤਾਰਨ ਪੁਲਿਸ ਦੇ ਹੱਥ ਲੱਗੀ ਹੈ। ਦੱਸ ਦਈਏ ਕਿ ਗੋਪੀ ਨੇ ਲਗਾਤਾਰ ਕਈ ਲੋਕਾਂ ਨੂੰ ਜਿਹੜਾ ਫਰੋਤੀਆਂ ਮੰਗੀਆਂ ਸੀ, ਹੋਰ ਜਿਹੜਾ ਕੰਮ ਸੀ ਇਹ ਜਿਹੜਾ ਵਿਦੇਸ਼ 'ਚ ਬੈਠਾ ਗੈਂਗਸਟਰ ਜਿਹੜਾ ਲਖਬੀਰ ਲੰਡਾ ਉਹਦੇ ਲਈ ਕਰਦਾ ਸੀ, ਔਰ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18।